ਉਹਨਾਂ ਨੇ ਅਗਲੀ ਖਬਰ ਵੱਲ ਅ ਕੱਲ ਆਪਣੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੋ ਪਾਵਲ ਆ ਉਹਨਾਂ ਨੇ ਇੰਟਰਸਟ ਰੇਟ ਦਾ ਵਧਾ ਦਿੱਤੇ ਉਸ ਤੋਂ ਬਾਅਦ ਹੁਣ ਜਿਹੜਾ ਅਸਰ ਆ ਰੀਅਲ ਏਸਟੇਟ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕਿੰਨਾ ਜ਼ਿਆਦਾ ਬੁਰਾ ਹਾਲ ਇਸ ਵੇਲੇ ਚੱਲ ਰਿਹਾ ਹੈਗਾ ਕੱਲਾ ਉਹ ਨਹੀਂ ਟਰਕਿੰਗ ਇੰਡਸਟਰੀ ਦਾ ਸਵੇਰੇ ਆਪਾਂ ਸ਼ੋਅ ਕੀਤਾ ਸੀ ਕਿੰਨਾ ਉਹਨਾਂ ਦਾ ਬੁਰਾ ਹਾਲ ਆ ਤੇ ਹੁਣ ਲੇਆਫ ਹੋਣੀ ਵੀ ਸ਼ੁਰੂ ਹੋ ਗਈ ਆ ਦੇਖੋ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਆਂ ਵੀ ਜੌਬਸ ਕ੍ਰੀਏਟ ਹੋ ਰਹੀਆਂ ਦੂਜੇ ਪਾਸੇ ਆਈਟੀ ਕੰਪਨੀਆਂ ਨੇ ਹੁਣ ਲੇਆਫ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਚੁੱਪਚੀ ਚੀਤੇ ਕਰਦੇ ਸੀ ਹੁਣ ਓਪਨਲੀ ਜਿਹੜੀ ਆ ਸ਼ੁਰੂ ਹੋ ਗਈ ਆ ਅੱਜ ਐਮਾਜ਼ਾਨ ਨੇ ਇਹ ਕਹਿਤਾ ਵੀ ਉਹ ਕਿਸੇ ਤਰ੍ਹਾਂ ਦੀ ਹਾਇਰਿੰਗ ਨਹੀਂ ਕਰਨਗੇ ਬਲਕਿ ਉੱਥੇ ਵੀ ਲੇਆਫ ਹੋਈ ਆ ਲਿਫਟ ਤੇ ਸਟ੍ਰਾਈਪ ਕੰਪਨੀ ਨੇ ਜੋ ਲਿਫਟ ਨੇ ਆਪਣੇ 700 EMPLOYEES ਲੇਆਫ ਕੀਤੇ ਆ ਮੋਸਟਲੀ ਇਹ ਆਈਟੀ ਸੈਕਟਰ ਵਾਲੀ ਆ ਕਿਉਂਕਿ ਲਿਫਟ ਦਾ ਜਿਹੜਾ ਆਫਿਸ ਆ ਉੱਥੇ ਸਾਰੇ ਆਈਟੀ ਵਾਲੇ ਮੈਜੋਰਟੀ ਚ ਕੰਮ ਕਰਦੇ ਆ ਤੇ ਉਹ ਲੇਆਫ ਹੋਇਆ ਸਟ੍ਰਾਈਪ ਕਾਫੀ ਵੱਡੀ ਕੰਪਨੀ ਆ ਸੈਨ ਫ੍ਰਾਂਸਿਸਕੋ ਦੀ ਉੱਤੇ ਵੀ ਕਾਫੀ ਜ਼ਿਆਦਾ ਲੇਆਫ ਹੋਇਆ ਲਿਫਟ ਨੇ ਆਪਣੇ 13% EMPLOYES ਜਿਹੜੇ ਕਿ 650 EMPLOYE ਬਣਦੇ ਆ 5000 ਵਰਕਫੋਰਸ ਚੋਂ ਉਹ ਅੱਜ ਲੇਆਫ ਕਰ ਦਿੱਤੇ ਹੈਗੇ ਆ ਸਟ੍ਰਾਈਪ ਇਹ ਕੰਪਨੀ ਹੈਗੀ ਪੇਮੈਂਟ ਪ੍ਰੋਸੈਸਿੰਗ ਕੰਪਨੀ ਦਾ ਪਲੇਟਫਾਰਮ ਆ ਇਹ ਉਹਨਾਂ ਨੇ ਆਪਣੇ 1400 ਚਾ ਸੌਰੀ 14% EMPLOYEES ਆ ਉਹ ਲੇ-ਆਫ ਕਰ ਦਿੱਤੇ ਆ ਜੋ ਕਿ 1100 ਦੇ ਕਰੀਬ ਬਣਦੇ ਹੈਗੇ ਆ ਇਸ ਤੋਂ ਬਿਨਾ ਟੈਕ ਜਾਇੰਟ ਜਿਹੜੀਆਂ ਹੋਰ ਕੰਪਨੀਆਂ ਹੈਗੀਆਂ ਆ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਮੈਟਾ ਮੈਟਾ ਆ Amazon Facebook ਆ ਤੇ ਇਹਨਾਂ ਨੇ ਜੋ ਹਾਇਰਿੰਗ ਦੇ ਉੱਤੇ ਜਾਂ ਤਾਂ ਫ੍ਰੀਜ਼ ਕਰਤਾ ਹੈ ਜਾਂ ਬਿਲਕੁਲ ਸਲੋ ਕਰ ਦਿੱਤਾ ਹੈਗਾ ਛੋਟੀਆਂ ਟੈਕ ਕੰਪਨੀਆਂ ਜਿੱਦਾਂ ਕਿ ਰੋਬਨ ਹੁੱਡ ਕੁਆਇਨਵੇਸ ਆ ਉਹਨਾਂ ਨੇ ਵੀ ਲੇਆਫ ਅਨਾਉਂਸ ਕੀਤੇ ਹੈਗੇ ਯੂਐਸ ਇਕਨੋਮੀ ਪਿਛਲੇ 10 ਸਾਲਾਂ ਤੋਂ ਉੱਪਰ ਨੂੰ ਜਾ ਰਹੀ ਸੀ ਬਿਲਕੁਲ ਅਸਮਾਨ ਵੱਲ ਪਰ ਹੁਣ 2 ਸਾਲਾਂ ਦੇ ਕੋਰੋਨਾ ਵਾਇਰਸ ਤੋਂ ਬਾਅਦ ਤੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਤੋਂ ਬਾਅਦ ਤੇ ਗਲੋਬਲੀ 인ਫਲੇਸ਼ਨ ਨੂੰ ਲੈ ਕੇ ਅਫੀਸ਼ੀਅਲ ਫਿਗਰ ਹੈ 8% ਦੇ ਕਰੀਬ 8.8% ਦੇ ਤੇ ਕਈ ਅਨਆਫੀਸ਼ੀਅਲੀ ਤਾਂ 10% ਵੀ ਕਹਿ ਰਹੇ ਹੈਗੇ ਆ ਆਪਾਂ ਦੇਖਦੇ ਹੀ ਆ ਵੀ ਹਰ ਚੀਜ਼ ਦੀ ਪ੍ਰਾਈਸ ਆਲਮੋਸਟ ਡਬਲ ਹੀ ਹੋਈ ਹੋਆ ਗੈਸ ਦੀ ਲੈ ਲਓ ਮਿਲਕ ਦੀ ਲੈ ਲਓ ਜਾਂ ਹੋਰ ਆਮ ਤੁਹਾਡੇ ਫੂਡ ਜਿਹੜਾ ਖਾਣੇ ਹੈਗੇ ਆ ਸੋ ਉਹਨੂੰ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਨੇ ਲੇਆਫ ਕਰਨੇ ਸ਼ੁਰੂ ਕਰ ਦਿੱਤੀ ਆ ਸਨੈਪਚੈਟ ਕਿੰਡੀ ਵੱਡੀ ਕੰਪਨੀ ਸੀ 2 ਸਾਲਾਂ ਚ ਬਹੁਤ ਪੌਪੂਲਰ ਹੋਈ ਸੀ ਪਿਛਲੇ ਕੋਰੋਨਾ ਵਾਇਰਸ ਦੇ ਦੌਰਾਨ ਲੋਕ ਘਰਾਂ ਚੋਂ ਕੰਮ ਕਰਦੇ ਸੀ 20% ਉਹਨਾਂ ਨੇ ਆਪਣੀ ਵਰਕਫੋਰਸ ਲੇਆਫ ਕਰ ਦਿੱਤੀ ਹੈਗੀ ਆ ਏ ਮਾਈਕਰੋਸਾਫਟ ਨੇ ਆਪਣੇ ਇਨਵੈਸਟਰਸ ਨੂੰ ਕਿਹਾ ਪਈ ਅਵਲਤਾ ਸੀ ਕੋਈ ਹਾਇਰ ਨਹੀਂ ਕਰਨਾ ਤੇ ਜੇ ਹਾਇਰ ਵੀ ਕਰਾਂਗੇ ਬੜੇ ਮਿਨੀਮਮ ਕਰਾਂਗੇ ਆ ਅਲਫਾਬੈਟ ਜਿਹੜੀ ਕਿ ਗੂਗਲ ਤੇ YouTube ਕੰਪਨੀ ਨੂੰ ਓਨ ਕਰਦੀ ਆ ਉਹਨਾਂ ਨੇ ਇਸ ਉਹਨਾਂ ਨੇ ਕਿਹਾ ਪਈ ਇਸ ਕੁਆਟਰ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਅਸੀਂ ਹਾਇਰ ਕਰਾਂਗੇ ਜਿੰਨੇ ਲੋਕ ਹਾਇਰ ਕਰਨੇ ਸੀ ਉਹਦੇ ਨਾਲੋਂ ਅੱਧੇ 50% ਲੈਸ ਹਾਇਰ ਕਰਾਂਗੇ Amazon ਨੇ ਬੜੇ ਹਾਇਰ ਕੀਤੇ ਸੀ 2020 ਚ 2021 ਦੇ ਵਿੱਚ ਕਹਿੰਦੇ 1.5 ਮਿਲੀਅਨ ਲੋਕ ਥਰਡ ਕੁਆਟਰ ਦੇ ਐਂਡ ਤਾਈ Amazon ਚ ਕੰਮ ਕਰਦੇ ਸੀ ਅ ਸੋ ਇਲਾਨ ਮਸਕ ਨੇ ਟਵਿੱਟਰ ਕੰਪਨੀ ਵਾਈ ਕੀਤੀ ਆ 44 ਬਿਲੀਅਨ ਦੇ ਡਾਲਰ ਦੇ ਵਿੱਚ ਇਹ ਉਸ ਨੇ ਜਦੋਂ ਹੀ ਕੰਪਨੀ ਵਾਈ ਕੀਤੀ ਆ ਕੰਪਨੀ ਦਾ ਸੀਈਓ ਸੀਐਫਓ ਅ ਇਹ ਸਾਰੇ ਜਿਹੜੇ ਆ ਫਾਇਰ ਕਰ ਦਿੱਤੇ ਅ ਤੇ ਇਸ ਤੋਂ ਬਿਨਾ ਬੋਰਡ ਆਫ ਡਾਇਰੈਕਟਰਾਂ ਦੀ ਵੀ ਛੁੱਟੀ ਕਰ ਦਿੱਤੀ 7500 ਦੇ ਕਰੀਬ ਟਵਿੱਟਰ ਜੋ ਕੰਪਨੀ ਆ ਉਹ এমਪਲਾਈਜ਼ ਉਹਨਾਂ ਦੇ ਹੈਗੇ ਆ ਤੇ ਇਹ ਵੀ ਖਬਰ ਆ ਰਹੀ ਆ ਵੀ ਉਹ 25% ਇਸ ਦਾ ਜੋ ਹੈਗਾ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ ਇੰਨਾ ਜ਼ਿਆਦਾ ਵਰਕ ਲੋਡ ਉਹਨਾਂ ਆਪਣੇ ਕੰਮਿਆਂ ਦੇ ਉੱਤੇ ਪਾਇਆ ਆ ਟਵਿੱਟਰ ਚ ਜੋ ਨਵੀਂ ਕੰਪਨੀ ਆ ਉਹਨਾਂ ਨੂੰ 20 ਦਿਨ ਦਿੱਤੇ ਆ ਵੀ 20 ਦਿਨਾਂ ਦੇ ਵਿੱਚ ਲੋਕਾਂ ਦੀ ਜੋ ਅ ਕਾਉਂਟਸ ਆ ਉਹ ਵੈਰੀਫਾਈ ਕਰੋ ਕਿ ਕਿੰਨੇ ਕ ਫੇਕ ਹੈਗੇ ਆ ਕਿੰਨੇ ਕ ਅਸਲੀ ਹੈਗੇ ਆ ਇਹ ਵੀ ਗੱਲਾਂ ਚੱਲੀਆਂ ਸੀ ਆ ਵੀ ਜੇ ਤੁਹਾਨੂੰ ਸ਼ਾਇਦ 19 ਡਾਲਰ ਦੇਣੇ ਪੈਣਗੇ ਜੇ ਤੁਸੀਂ ਟਿਕ ਮਾਰਕ ਕਰਕੇ ਕਹਨਾ ਵੀ ਵੈਰੀਫਾਈਡ ਅਕਾਊਂਟ ਹੈਗਾ ਆ ਸੋ ਉਸ ਦਾ ਵੀ ਕਾਫੀ ਜਿਹੜਾ ਆ ਰੋਲਾ ਚੱਲ ਰਿਹਾ ਹੈਗਾ ਪੈਟ੍ਰਿਕ ਕੋਲੀਜਨ ਕੋ ਫਾਊਂਡਰ ਹੈਗੇ ਚੀਫ ਐਗਜ਼ੀਕਿਊਟਿਵ ਸਟ੍ਰਾਈਪ ਦੇ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਸਾਰੇ ਲੋਕ ਹਾਇਰ ਕਰ ਲਏ ਸੀ ਸੋ ਹੁਣ ਸਾਡੇ ਕੋ ਕੋ ਸੋਲੂਸ਼ਨ ਹੈ ਨਹੀਂ ਇਸ ਸਾਨੂੰ ਇਹ ਲੇਆਫ ਕਰਨੇ ਪੈਣਾ ਹੈ ਉਹਨਾਂ ਨੇ ਆਪਣੀ ਜੋ ਇੰਟਰਨਲ ਵੈਲਿਊਏਸ਼ਨ ਆ ਉਹ 28% ਲੋਅਰ ਕੀਤੀ ਆ 2 74 ਬਿਲੀਅਨ ਡਾਲਰ ਜੁਲਾਈ ਮਹੀਨੇ ਦੇ ਵਿੱਚ ਇਹ ਤਾਂ ਜੋ ਸਾਰੇ ਕੁਛ ਹੈ ਆਪਣੀ ਟੈਕ ਇੰਡਸਟਰੀ ਦੇ ਨਾਲ ਤੇ ਅੱਜ ਆਪਾਂ ਜੇ ਸਟਾਕਸ ਦੀ ਗੱਲ ਕਰਦੇ ਜਾਈਏ ਸਟਾਕ ਮਾਰਕੀਟ ਵੀ ਅੱਜ ਕਾਫੀ ਡਾਊਨ ਗਈ ਹੈਗੀ ਆ ਡਾਉ ਜੋਨ ਇੰਡਸਟਰੀਅਲ ਆਲਮੋਸਟ 100 ਪੁਆਇੰਟ ਦੇ ਕਰੀਬ ਡਾਊਨ ਚਲਾ ਗਿਆ ਤੇ ਜੋ ਐਸ ਐਲ ਪੀ ਇੰਡੈਕਸ ਆ ਉਹ 1.1% ਡਾਊਨ ਗਿਆ ਤੇ ਨੈਸਟੈਕ ਵੀ 1.7% ਡਾਊਨ ਗਿਆ ਹੈਗਾ ਪਿਛਲਾ ਮਹੀਨਾ ਸਟਾਕ ਲਈ ਠੀਕ ਰਿਹਾ ਸੀ ਪਰ ਇਸ ਮਹੀਨੇ ਦੇ ਪਿਛਲੇ 2-3 ਦਿਨਾਂ ਚ ਜਿੰਨਾ ਕੁ ਗੇਨ ਹੋਇਆ ਸੀ ਲੋਕਾਂ ਨੇ ਕਾਫੀ ਕੀਤਾ ਸੀ ਉਹ ਸਾਰਾ ਕੁਝ ਥੱਲੇ ਚਲਾ ਗਿਆ ਸੋ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਜਾਈਏ ਕਰੰਸੀ ਦੀ ਇੰਡੀਆ ਦਾ ਰੁਪਈਆ ਵੀ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ ਆ ਇੱਕ ਯੂ ਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 68 ਪੈਸੇ ਰਹੇ ਆ ਤੇ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਰਹੇ ਆ ਕੈਨੇਡਾ ਦਾ ਡਾਲਰ ਵੀ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ ਆ ਇਹ ਆਪਾਂ ਦੇਖਿਆ ਪਿਛਲੇ